ਫਿਲੌਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਇਕਾਈ ਫਿਲੌਰ ਵੱਲੋਂ ਰਵਿਦਾਸਪੁਰਾ ਫਿਲੌਰ ਵਿਖੇ ਭਾਰੀ ਜਨਤਕ ਮੀਟਿੰਗ ਕਾਮਰੇਡ ਜਰਨੈਲ ਫਿਲੌਰ, ਕੁਲਦੀਪ ਫਿਲੌਰ, ਮਾਸਟਰ ਹੰਸ ਰਾਜ, ਰਾਮ ਲੁਬਾਇਆ ਸਰਪੰਚ ਪੈਣੀ, ਗਰੀਬ ਦਾਸ ਨੀਹਰ ਤੇ ਬੀਬੀ ਹੰਸ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਉਚੇਚੇ ਤੌਰ ਤੇ ਲੋਕ ਸਭਾ ਚੋਣਾਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਰਾਜ ਵਿੱਚ ਮੋਦੀ ਨੇ ਦੇਸ਼ ਦੇ ਘੱਟ ਗਿਣਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ, ਖਾਸ ਤੌਰ ਤੇ ਮੁਸਲਮਾਨਾਂ ਨੂੰ ਟਾਰਗੈਟ ਕਰਕੇ ਉਨ੍ਹਾਂ ਵਿਰੁੱਧ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਹਮਲੇ ਕੀਤੇ ਹਨ। ਦੇਸ਼ ਵਿੱਚ ਦਲਿਤ ਭਾਈਚਾਰਾ, ਸਿੱਖ ਭਾਈਚਾਰਾ ਤੇ ਖਾਸ ਤੌਰ ਤੇ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਦੇਸ਼ ਨੂੰ ਮਹਾਂਸ਼ਕਤੀ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਨੂੰ ਕੰਗਾਲੀ ਦੇ ਰਾਸਤੇ ਤੇ ਲੈ ਆਂਦਾ ਹੈ ਤੇ ਭਾਰਤ 5ਵੀਂ ਮਹਾਂਸ਼ਕਤੀ ਤੋਂ ਖਿਸਕ ਕੇ 112 ਨੰਬਰ ਤੇ ਚਲੇ ਗਿਆ ਹੈ। ਦੇਸ਼ ਦੀ ਸਾਰੀ ਸੰਪਤੀ ਮੋਦੀ ਵੱਲੋਂ ਆਪਣੇ ਧਨ ਕੁਬੇਰ ਯਾਰਾਂ ਨੂੰ ਲੁੱਟਾ ਦਿੱਤੀ ਹੈ ਤੇ ਜਨਤਕ ਖੇਤਰ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਹਰ ਸਾਲ 2 ਕਰੋੜ ਨੌਕਰੀਆਂ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਨੇ ਨੌਜਵਾਨਾਂ ਲਈ ਸਾਰੇ ਰੁਜ਼ਗਾਰ ਦੇ ਰਾਸਤੇ ਬੰਦ ਕਰ ਦਿੱਤੇ ਹਨ ਤੇ ਅਗਨੀਵੀਰ ਵਰਗੀਆਂ ਯੋਜਨਾਵਾਂ ਲਾਗੂ ਕਰਕੇ ਜਿੱਥੇ ਰੁਜ਼ਗਾਰ ਨੂੰ ਸੱਟ ਮਾਰੀ ਹੈ ਉੱਥੇ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਫਿਰਕੂ ਫਾਸ਼ੀ ਏਜੰਡੇ ਤੇ ਇੱਕ ਰਾਸ਼ਟਰ, ਇੱਕ ਭਾਸ਼ਾ ਤੇ ਇੱਕ ਫਿਰਕੇ ਦੇ ਰਾਜ ਵੱਲ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਘੱਟ ਗਿਣਤੀ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਦੇ ਸੰਵਿਧਾਨ ਨੂੰ ਵੀ ਬਦਲਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਰ ਮੋਦੀ ਤੀਸਰੀ ਵਾਰ ਸੱਤਾ ਵਿੱਚ ਆਇਆ ਤਾਂ ਦੇਸ਼ ਟੁੱਟ ਜਾਵੇਗਾ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਮੌਲਿਕ ਅਧਿਕਾਰ ਖਤਮ ਹੋ ਜਾਣਗੇ ਅਤੇ ਬੋਲਣ ਤੇ ਲਿਖਣ ਦੀ ਆਜ਼ਾਦੀ ਖਤਮ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਦੀ ਨੇ ਸੱਤਾ ਤੋਂ ਲਾਂਭੇ ਕਰਨ ਲਈ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਜਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪੰਜਾਬ ਵੱਲੋਂ ਪੰਜਾਬ ਵਿੱਚ ਇੰਡੀਆ ਗੱਠਜੋੜ ਦੀ ਭਾਈਵਾਲ ਪਾਰਟੀ ਕਾਂਗਰਸ ਦੇ ਉਮੀਦਵਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਮੇਂ ਧਰਮਿੰਦਰ ਮੁਕੇਰੀਆ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਕਾਮਰੇਡ ਜਰਨੈਲ ਫਿਲੌਰ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਜਸਵੀਰ ਸਿੰਘ ਚਾਚਾ, ਹਰਮਨਪ੍ਰੀਤ ਸੰਤੋਖਪੁਰਾ, ਤਿਲਕ ਰਾਜ ਨੰਗਲ, ਕਸ਼ਮੀਰੀ ਲਾਲਾ ਨੰਗਲ, ਗੁਰਬਚਨਾ ਰਾਮ, ਮੁਲਕ ਰਾਜ ਸੈਫਾਬਾਦ, ਬਲਜੀਤ ਸਿੰਘ ਪੀਤੂ, ਪਰਮਜੀਤ ਪੈਣੀ, ਇਕਬਾਲ ਸਿੰਘ ਪੈਣੀ, ਹੈਰੀ, ਗੋਬਿੰਦ ਰਾਮ, ਤਰਸੇਮ ਲਾਲ, ਪਰਮਜੀਤ ਸੰਧੂ, ਜੋਗਿੰਦਰ ਪਾਲ ਕਾਲਾ, ਬਖਸ਼ੀ ਰਾਮ, ਹਰਮੇਸ਼ ਰਾਹੀ, ਕਸ਼ਮੀਰੀ ਲਾਲ ਪਟਵਾਰੀ, ਸਾਬੀ ਜਗਤਪੁਰ, ਦਲਵੀਰ ਚੰਦਹੀਰ, ਰਵਿੰਦਰ ਠੇਕੇਦਾਰ, ਅਰਸ਼ਦੀਪ ਆਸ਼ੂ, ਅਕਸ਼ ਕੁਮਾਰ, ਅਮਰਜੀਤ, ਗੁਰਮੇਲ ਸਿੰਘ, ਸਤਨਾਮ ਸੰਤੋਖਪੁਰਾ, ਪਿਆਰਾ ਰਾਮ ਮਹਿਸਮਪੁਰ, ਚਮਨ ਲਾਲ ਪਾਲ, ਹੁਸਨ ਲਾਲ, ਸਿੰਗਾਰ ਚੰਦ, ਅਨਮੋਲ ਗੁਰੂ, ਪਰਮਜੀਤ ਸਿੰਘ ਸਾਬਕਾ ਸਰਪੰਚ ਪੈਣੀ, ਬਿੰਦਰ ਲੰਬਾੜਦਾਰ, ਤਰਨਜੀਤ ਸਿੰਘ, ਰਾਹੁਲ ਕੋਰੀ, ਦੇਸਰਾਜ, ਗੁਰਬੀਰ ਸਿੰਘ, ਮੱਖਣ ਸਿੰਘ, ਮੋਹਨ ਲਾਲ, ਪਾਨਾ ਪੈਣੀ, ਰਾਮਪਾਲ, ਯੁਵਰਾਜ, ਦਮਨਪਾਲ, ਅਮਰਜੀਤ, ਭਾਰੀ ਗਿਣਤੀ ਵਿੱਚ ਔਰਤਾਂ ਜਿਨ੍ਹਾਂ ਵਿੱਚ ਸੁਨੀਤਾ ਫਿਲੌਰ, ਕਮਲਜੀਤ ਕੌਰ, ਸੁਰਜੀਤ ਕੌਰ, ਗੇਜੋ, ਅੰਜੂ ਵਿਰਦੀ, ਕਮਲਜੀਤ ਬੰਗੜ, ਆਸ਼ਾ, ਨੀਲਮ ਰਾਣੀ, ਕਮਲਾ ਰਾਣੀ, ਅਨੀਤਾ ਰਾਣੀ, ਬਲਵੀਰ ਕੌਰ, ਮਹਿੰਦਰ ਕੌਰ, ਸੱਤਿਆ, ਸਰੋਜ ਰਾਣੀ, ਨੀਨਾ, ਮਨਜੀਤ ਕੌਰ, ਜਸਵਿੰਦਰ ਕੌਰ ਸਮੇਂ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅੱਜ ਫਿਲੌਰ ਬਹੁਤ ਭਰਵੀਂ ਮੀਟਿੰਗ ਅਸੀਂ ਆਮ ਲੋਕਾਂ ਦੀ ਕੀਤੀ ਹੈ, ਜਿਹਦੇ ਅੱਜ ਦੇਸ਼ ਦੇ ਹਾਲਾਤ ਕੀ ਹੈ ਚੋਣਾਂ ਦੇ ਸੰਬੰਧ 'ਚ, ਇਹਦੇ ਲਈ ਇੱਕ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਇਸ ਵੇਲੇ ਦੇਸ਼ ਬਹੁਤ ਹੀ ਭੈੜੇ ਦੌਰ 'ਚੋਂ ਲੰਘ ਰਿਹਾ, ਸੱਤਾ ਦੀ ਲੜਾਈ ਇਸ ਹੱਦ ਤੱਕ ਚਲੀ ਗਈ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਝੂਠ ਬੋਲਣ ਲਈ ਤਿਆਰੀ ਕਰੀ ਹੈ।
ਜੋ ਜੋ ਵੋਟਾਂ ਦੇ ਤਿੰਨ ਫੇਸ ਮੁੱਕੇ ਆ ਉਹਨੂੰ ਸਮਝ ਲੱਗ ਰਹੀ ਹੈ ਬੀਜੇਪੀ ਨੂੰ ਕਿਸ ਤਰ੍ਹਾਂ ਦੇ ਹਾਰ ਰਹੇ ਨੇ। ਉਹ ਰੋਜ਼ ਹੀ ਨਵੇਂ ਵਰਤਾਂਤ ਸਿਰਜ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ। ਸੰਵਿਧਾਨ ਨੂੰ ਮਨ 'ਚ ਉਹਨਾਂ ਦੇ ਸੰਵਿਧਾਨ ਨੂੰ ਬਦਲਣਾ, ਲੋਕਾਂ ਦੇ ਵੋਟਾਂ ਦਾ ਅਧਿਕਾਰ ਖੋਣਾ, ਧਰਮ ਦੇ ਨਾਂ 'ਤੇ ਲੋਕਾਂ ਵਿੱਚ ਵੰਡੀਆਂ ਪਾਉਣਾ, ਇਹ ਉਹਨਾਂ ਦਾ ਬੁਨਿਆਦੀ ਨੁਕਤਾ ਆ ਬੀਜੇਪੀ ਦਾ। ਜਦਕਿ ਅਸੀਂ ਭਾਰਤ ਦੇ ਲੋਕ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਾਂ, ਲੋਕਾਂ ਦੀ ਆਰਥਿਕ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦੇ ਹਾਂ, ਔਰ ਜਿਹੜਾ ਸਾਡੇ ਦੇਸ਼ ਦੇ ਵਿੱਚ ਸਮਾਜਿਕ ਬਦਲਾਅ ਦਾ ਮਸਲਾ ਹੈ, ਸਮਾਜਿਕ ਉਹਨੂੰ ਅਸੀਂ ਹੋਰ ਤੇਜ਼ ਕਰਨਾ ਚਾਹੁੰਦੇ ਹਾਂ। ਇਸ ਮੰਤਵ ਨੂੰ ਲੈ ਕੇ RMPI ਇਹ ਚੋਣਾਂ 'ਚ ਇੰਡੀਆ ਗੱਠਜੋੜ ਦੀ ਮਦਦ ਕਰਦੀ ਹੈ। ਇੰਡੀਆ ਗੱਠਜੋੜ ਦੀ ਮਦਦ ਕਰਨ ਦੇ ਨਾਲ ਕੀ ਸਾਡੇ ਮਤਭੇਦ ਹਨ ਉਹਨਾਂ ਨਾਲ, ਲੇਕਿਨ ਇਸ ਗੱਲ ਦੇ ਉੱਤੇ ਕੋਈ ਮਤਭੇਦ ਨਹੀਂ ਕਿ ਫਿਰ ਤੋਂ ਫਾਸ਼ੀ ਤਾਕਤਾਂ ਦਾ ਹਰਨਾ ਬਹੁਤ ਜ਼ਰੂਰੀ ਆ, ਨਹੀਂ ਤਾਂ ਦੇਸ਼ ਦੀ ਇਹ ਜਿਹੜਾ ਭੂਗੋਲਿਕ ਸਥਿਤੀ ਆ ਇਹ ਨਹੀਂ ਬਚ ਸਕੇਗੀ। ਜਿਸ ਤਰ੍ਹਾਂ ਘੱਟ ਗਿਣਤੀਆਂ 'ਤੇ ਹਮਲੇ ਆ, ਜਿਸ ਤਰ੍ਹਾਂ ਮਨੁਵਾਦ ਲਿਆਉਣ ਦੇ ਗਲਤ ਸਮਾਜ 'ਤੇ ਹਮਲੇ ਕੀਤੇ ਜਾ ਰਹੇ ਆ, ਔਰਤਾਂ ਦੇ ਨਾਲ ਜੋ ਨੇ ਜ਼ਿਆਦਤੀਆਂ ਹੋਈਆਂ, ਕਦੀ ਭਾਜਪਾ ਵੱਲੋਂ ਉਹਨਾਂ ਦਾ ਵਿਰੋਧ ਕੀ ਕਰਨਾ, ਬਲਕਿ ਬਲਾਤਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਇੱਕ ਉਹਨਾਂ ਦਾ BJP ਦੀ ਮਿੱਤਰ ਪਾਰਟੀ ਦਾ ਬੰਦਾ ਖੜ੍ਹਾ ਕਰਨਾਟਕਾ 'ਚੋਂ, ਜਿਹਨੇ 2975 ਔਰਤਾਂ ਦੇ ਨਾਲ ਆਪਣੇ ਸੰਬੰਧ ਬਣਾ ਕੇ ਵੀਡੀਓ ਬਣਾਈ, ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਿਹਾ, ਮੋਦੀ ਉਹਨੂੰ ਸ਼ਾਬਾਸ਼ ਦੇ ਰਿਹਾ, ਹੁਣ ਉਹ ਬਾਹਰਲੇ ਦੇਸ਼ ਨੂੰ ਭੱਜ ਗਿਆ। ਮੇਰਾ ਭਾਵ ਕਹਿਣ ਤੋਂ ਵੀ ਇਸ ਤਰ੍ਹਾਂ ਦੀ ਘਟਨਾਵਾਂ ਜੋ ਮਣੀਪੁਰ 'ਚ ਵਾਪਰਿਆ, ਜੋ ਪਹਿਲਵਾਨ ਲੜਕੀਆਂ ਨਾਲ ਵਾਪਰਿਆ, ਜਿੱਦਾਂ ਰੋਜ਼ ਦਲਿਤ ਸਮਾਜ 'ਤੇ ਹਮਲੇ ਹੋ ਰਹੇ ਆ, ਇਹ ਬਹੁਤ ਸਾਡੇ ਲਈ ਚਿੰਤਾ ਦਾ ਵਿਸ਼ਾ ਆ। ਇਸ ਲਈ ਅੱਜ ਅਸੀਂ ਮੀਟਿੰਗ ਲਈ ਬਹੁਤ ਪਰਪੱਕ ਰਾਏ ਬਣਾਈ ਹੈ ਕਿ ਅਸੀਂ ਇੰਡੀਆ ਗੱਠਜੋੜ ਨੂੰ ਜਿਤਾਉਣਾ, ਔਰ ਪੰਜਾਬ ਦੀ ਧਰਤੀ 'ਤੇ ਇੰਡੀਆ ਗੱਠਜੋੜ ਦੀ ਸਭ ਤੋਂ ਮਜ਼ਬੂਤ ਤਾਕਤ ਕਾਂਗਰਸ ਪਾਰਟੀ, ਅਸੀਂ ਬਿਨਾਂ ਕਿਸੇ ਰਿਜ਼ਰਵੇਸ਼ਨ ਤੋਂ ਉਹਦੀ ਪੂਰੀ ਹਮਾਇਤ ਕਰਨੀ ਆ, ਔਰ ਬਿਨਾਂ ਇਸ ਗੱਲ ਤੋਂ ਵੀ ਕੋਈ ਉਹਨਾਂ ਤੋਂ ਨਾਲ ਸਾਂਝੀ ਮੁਹਿੰਮ ਚਲਾ ਕੇ ਕੋਈ ਕਾਰਾਂ ਲਈਏ, ਕੋਈ ਪੈਸੇ ਦੇ ਜ਼ੋਰ ਨਾਲ ਗੱਲ ਕਰੀਏ, ਅਸੀਂ ਲੋਕਾਂ ਕੋਲ ਸਪਸ਼ਟ ਗੱਲ ਲੈ ਕੇ ਜਾਣਾ ਚਾਹੁੰਦੇ ਪਾਰਟੀ ਵੱਲੋਂ। ਔਰ ਅੱਜ ਦਾ ਇਹ ਅਦਾਰਾ ਦੱਸਦਾ ਆ ਵੀ ਪੰਜਾਬ ਦੇ ਕਿਰਤੀ ਲੋਕ, ਖਾਸ ਤੌਰ 'ਤੇ ਫਲੋਰ ਹਲਕੇ ਦੇ ਲੋਕ ਆ, ਉਹ ਕਿਸ ਤਰ੍ਹਾਂ ਸੋਚਦੇ ਆ, ਅੱਜ ਇਸ ਮੀਟਿੰਗ ਨੂੰ ਉਤਸ਼ਾਹ ਮਿਲਿਆ ਹੈ। ਇਸ ਲਈ ਮੈਂ ਫਿਰ ਲੋਕਾਂ ਨੂੰ ਅਪੀਲ ਕਰਦਾ, ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ, ਕਿ ਫਿਰ ਕੀ ਫਾਸ਼ੀ ਤਾਕਤਾਂ ਨੂੰ ਹਰਾਉਣ ਵਾਸਤੇ ਉਹ ਇੰਡੀਆ ਗੱਠਜੋੜ ਦੀ ਮਦਦ ਕਰ ਰਹੇ ਸਾਰੇ ਦੇਸ਼ 'ਚ ਹੋਰ ਤੇਜ਼ ਕਰਨ, ਔਰ ਪੰਜਾਬ ਦੀ ਧਰਤੀ ਤੋਂ ਇੰਡੀਆ ਗੱਠਜੋੜ ਦੀ ਜਿਹੜੀ ਕਾਂਗਰਸ ਪਾਰਟੀ ਧਿਰ ਆ ਉਹ ਜਿੱਤ ਕੇ ਜਾਵੇ, ਔਰ ਇੱਥੇ BJP ਦਾ ਔਰ BJP ਦੇ ਲੁਕਵੇਂ ਮਿੱਤਰਾਂ ਦਾ, ਭਾਵੇਂ ਅਕਾਲੀ ਹੋਣ ਚਾਹੇ ਬਸਪਾ ਹੋਵੇ, ਉਹਨਾਂ ਦਾ ਕਿਸੇ ਢੰਗ ਨਾਲ ਕੋਈ ਬੰਦਾ ਨਾ ਜਿੱਤੇ, ਤਾਂ ਹੀ ਦੇਸ਼ ਬਚ ਸਕੇਗਾ। ਇੱਕ ਬੰਦਾ ਵੀ ਮੋਦੀ ਦਾ ਪੰਜਾਬ ਤੋਂ ਜਿੱਤ ਕੇ ਜਾਣਾ ਸਾਡੇ ਲਈ ਸੌ ਖਤਰਿਆਂ ਦਾ ਸੋਚ। ਮੈਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਪਿਆਰੇ ਲੋਕ ਮੇਰੀ ਇਸ ਬੇਨਤੀ ਸਵੀਕਾਰ ਕਰਨ।